ਮਾਤਾ ਚਿੰਤਪੁਰਨੀ ਜੀ ਦੇ ਸਾਵਨ ਮਹੀਨੇ ਦੇ ਮੇਲੇ ਮੌਕੇ ਆਦਮਵਾਲ ਵਿਖੇ ਐਸਟੀ ਸਿਟੀ ਪਬਲਿਕ ਸਕੂਲ ਦੇ ਸਾਹਮਣੇ ਸਿਟੀ ਹਾਰਟ ਵੈਲਫੇਅਰ ਸੋਸਾਇਟੀ ਵੱਲੋਂ ਸੰਗਤਾਂ ਦੀ ਸੇਵਾ ਲਈ ਮੈਡੀਕਲ ਕੈਂਪ ਜਾਰੀ ਹੈ। ਕੈਂਪ ਵਿੱਚ ਸਿਵਲ ਸਰਜਨ CMO ਡਾਕਟਰ ਬਲਵਿੰਦਰ ਡਮਾਣਾ, ਸਾਬਕਾ CMO ਡਾਕਟਰ HS ਗਰਗ ਅਤੇ ਹੋਰ ਪਤਵੰਤੇ ਵਿਸ਼ੇਸ਼ ਤੌਰ ਪਰ ਪਹੁੰਚੇ। ਇਸ ਮੌਕੇ ਠਾਕੁਰ ਮੱਖਣ ਸਿੰਘ ਨੇ ਸਮੂਹ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਕੈਂਪ ਦੀ ਸੰਸਥਾ ਸੰਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਵਰਗੀ ਭੁਪਿੰਦਰ ਸਿੰਘ ਪਾਵਾ ਦੀ ਪ੍ਰੇਰਨਾ ਅਤੇ ਰਵਿੰਦਰ ਅਗਰਵਾਲ ਦੀ ਅਗਵਾਈ ਹੇਠ ਇਹ ਕੈਂਪ ਪਿਛਲੇ 29 ਸਾਲਾਂ ਤੋਂ ਲਗਾਇਆ ਜਾ ਰਿਹਾ ਹੈ ਅਤੇ ਇਹ 30ਵਾਂ ਕੈਂਪ ਹੈ। ਗੁਰਜੀਤ ਸੋਨੋ ਤੇ ਕੈਮਰਾਮੈਨ ਗੁਰਪ੍ਰੀਤ ਗੋਪੀ ਦੀ ਰਿਪੋਰਟ। ਮੈਂ ਡਾਕਟਰ ਬਲਵਿੰਦਰ ਕੁਮਾਰ, ਸਿਵਲ ਸਰਜਨ ਹੁਸ਼ਿਆਰਪੁਰ। ਪਹਿਲਾਂ ਤਾਂ ਮੈਂ ਸ਼ਹਿਰ ਨਿਵਾਸੀਆਂ ਨੂੰ ਬਹੁਤ ਬਹੁਤ ਮਾਤਾ ਜੀ ਦੇ ਨਰਾਤਿਆਂ ਦੀਆਂ ਵਧਾਈਆਂ ਦਿੰਦਾ, ਮੇਲੇ ਦੀਆਂ, ਅਤੇ ਜਿਹਦੇ ਵਿੱਚ ਸਿਟੀ ਹਾਰਟ ਵਾਲਿਆਂ ਨੇ ਆਪਣੀ ਬਹੁਤ ਅਪਾਰ ਕੋਸ਼ਿਸ਼ ਦੇ ਨਾਲ ਹਰ ਸਾਲ ਦੀ ਤਰ੍ਹਾਂ ਮੈਡੀਕਲ ਕੈਂਪ ਲਾਇਆ, ਜਿਹਦੇ ਵਿੱਚ ਆਉਣ ਵਾਲੀਆਂ ਸੰਗਤਾਂ ਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਹੋਵੇ, ਕੋਈ ਕਿਸੇ ਨੂੰ ਬੁਖਾਰ ਚੜ੍ਹ ਜਾਂਦਾ ਜਾਂ ਉਲਟੀਆਂ ਟੱਟੀਆਂ ਲੱਗ ਜਾਂਦੀਆਂ, ਹੋਰ ਵੀ ਕਿਸੇ ਨੂੰ ਕੋਈ ਬਿਮਾਰੀ, ਉਹ ਇੱਥੇ ਆ ਕੇ ਦਵਾਈ ਲੈ ਸਕਦਾ ਅਤੇ ਜਿਹਦੇ ਨਾਲ ਸਾਰੀ ਸੰਗਤ ਦਾ ਵੀ ਕੋਈ ਬਿਮਾਰ ਨਾ ਜਾਊਗਾ ਮਾਤਾ ਜੀ ਦੇ, ਅਤੇ ਉਹ ਜਿਹੜਾ ਵੀ ਕੋਈ ਰੋਗ ਹੋਊਗਾ ਉਹਦਾ ਇੱਥੋਂ ਦਵਾਈ ਲੈ ਕੇ ਅੱਗੇ ਜਾਊਗਾ। ਮੈਂ ਇਹਨਾਂ ਦੀ ਜਿਹੜੀਆਂ ਕੋਸ਼ਿਸ਼ਾਂ ਉਹਨਾਂ ਨੂੰ ਬਹੁਤ ਬਹੁਤ ਐਪਰੀਸ਼ੀਏਟ ਕਰਦਾ, ਕਿ ਕਾਮਨਾ ਕਰਦਾ ਮਾਤਾ ਜੀ ਤੋਂ ਇਹ ਸਾਰੇ ਤੰਦਰੁਸਤ ਰਹਿਣ ਅਤੇ ਹਰ ਸਾਲ ਦੀ ਤਰ੍ਹਾਂ ਇੱਦਾਂ ਹੀ ਕੈਂਪ ਇਹਨਾਂ ਦਾ ਵਧੇ ਫੁੱਲੇ। ਥੈਂਕ ਯੂ ਜੀ। ਮੈਂ ਮੱਖਣ ਸਿੰਘ, ਪ੍ਰਧਾਨ ਸਿਟੀ ਹਾਰਟ ਵੈਲਫੇਅਰ ਸੋਸਾਇਟੀ ਰਜਿਸਟਰਡ ਹੁਸ਼ਿਆਰਪੁਰ। ਪਹਿਲਾਂ ਤਾਂ ਸਾਰਿਆਂ ਨੂੰ ਜੈ ਮਾਤਾ ਦੀ, ਅਤੇ ਦੂਸਰਾ ਅੱਜ ਮਾਣਯੋਗ ਡਾਕਟਰ ਬਲਵਿੰਦਰ ਸਿੰਘ ਜੀ, ਸਿਵਲ ਸਰਜਨ ਹੁਸ਼ਿਆਰਪੁਰ, ਸਾਡੇ ਕੈਂਪ ਦੇ ਵਿੱਚ ਸਾਨੂੰ ਆਸ਼ੀਰਵਾਦ ਦੇਣ ਲਈ ਆਏ ਆ। ਅਸੀਂ ਅਤੀ ਧੰਨਵਾਦੀ ਹਾਂ। ਨਾਲੇ ਅਸੀਂ ਧੰਨਵਾਦੀ ਹਾਂ ਡਾਕਟਰ ਹਰਿੰਦਰ ਗਰਗ ਜੀ ਦੇ, ਉਹ ਵੀ ਰਿਟਾਇਰਡ ਸਿਵਲ ਸਰਜਨ ਹੈ। ਅੱਜ ਦੋਨੋਂ ਸਾਥੀ ਇਕੱਠੇ ਹੋ ਕੇ ਸਾਨੂੰ ਆਸ਼ੀਰਵਾਦ ਦੇਣ ਲਈ ਆਏ ਆ। ਮੇਰੇ ਲਈ ਤਾਂ ਇੱਕ ਕੀ ਕਹਿੰਦੇ ਗੰਗਾ ਇਸ਼ਨਾਨ ਦਾ ਕੰਮ ਹੋ ਗਿਆ ਅੱਜ। ਹਾਂਜੀ, ਇਸ ਤੋਂ ਪਰੇ ਕੋਈ ਖੁਸ਼ੀ ਵਾਲੀ ਗੱਲ ਨਹੀਂ ਹੋ ਸਕਦੀ ਕਿ ਅੱਜ ਦੋ ਜ਼ਿਲ੍ਹੇ ਦੇ ਦੋ ਟੌਪ ਦੇ ਅਫਸਰ ਮਲੇ ਆ ਕੇ ਸਾਨੂੰ ਆਸ਼ੀਰਵਾਦ ਦੇਣ ਲਈ ਆਏ ਆ। ਮੈਂ ਕਾਮਨਾ ਕਰਦਾ ਮਹਾਮਾਈ ਦਿਨ ਦੁੱਗਣੀ ਰਾਤ ਚੌਗਣੀ ਮਲੇ ਕਰਨ, ਇਹਨਾਂ ਦੇ ਉੱਤੇ ਮਿਹਰ ਭਰਿਆ ਹੱਥ ਰੱਖਣ। ਮਹਾਮਾਈ ਕੋਲ ਇਹੋ ਹੀ ਕਾਮਨਾ ਕਰਦੇ ਹਾਂ ਵੀ ਮਲੇ ਆਉਣ ਵਾਲੇ ਸਮੇਂ ਵਿੱਚ ਵੀ ਡਾਕਟਰ ਸਾਹਿਬ ਹੋਰ ਤਰੱਕੀਆਂ ਕਰਨ, ਔਰ ਇੱਕ ਹੋਰ ਮਹਾਮਾਈ ਅੱਗੇ ਪ੍ਰਾਰਥਨਾ ਕਰਾਂਗੇ ਅਗਲੀ ਵਾਰੀ ਜੇ ਮਲੇ ਸਾਡੇ ਕੋਲ ਡਾਕਟਰ ਸਾਹਿਬ ਆਉਣ ਤਾਂ ਘੱਟੋ ਘੱਟ ਵੀ ਡਾਇਰੈਕਟਰ ਦੀ ਪੋਸਟ ਦੇ ਉੱਤੇ ਆਉਣ। ਮੇਰੀ ਇਹ ਕਾਮਨਾ ਮਲੇ ਮਹਾਮਾਈ ਦੇ ਅੱਗੇ ਮਲੇ। ਜੈ ਮਾਤਾ ਦੀ। ਇਹ ਸੋਨੂੰ ਜੀ 30 ਸਾਲ ਤੋਂ 30ਵਾਂ ਸਾਡਾ ਕੈਂਪ ਲੱਗ ਰਿਹਾ ਮਲੇ ਜੀ। ਸਰ ਕਿੱਦਾਂ ਦੇ ਮਰੀਜ਼? ਜ਼ਿਆਦਾਤਰ ਬੱਚੇ, ਬਜ਼ੁਰਗ, ਮਤਲਬ ਵੀ ਨੌਜਵਾਨ, ਜਿਹੜੇ ਬੱਚੇ ਪੈਦਲ ਜਾ ਰਹੇ ਆ ਉਹ ਸਾਡੇ ਕੋਲ ਆ ਰਹੇ ਆ। ਕਿਸੇ ਨੂੰ ਦਰਦਾਂ, ਕਿਸੇ ਨੂੰ ਪੇਟ ਦੀ ਸਮੱਸਿਆ, ਕਿਸੇ ਨੂੰ ਵੋਮਿਟ ਦੀ ਸਮੱਸਿਆ, ਕਿਸੇ ਨੂੰ ਹੈਡੇਕ, ਬੁਖਾਰ, ਇੱਦਾਂ ਦੀਆਂ ਮਤਲਬ ਪਿਆ ਰਹੇ ਆ, ਉਹਨਾਂ ਲਈ ਅਸੀਂ ਪ੍ਰਯਾਪਤ ਮਤਲਬ ਵੀ ਜਿਹੜਾ ਇੰਤਜ਼ਾਮ ਕੀਤਾ ਹੈ, ਔਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ, ਮਤਲਬ ਡਾਕਟਰ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਅਸੀਂ ਮਤਲਬ ਵੀ ਉਹ ਲਗਾ ਰਹੇ ਹਾਂ ਮਤਲਬ ਸਾਰਾ ਕੰਮ ਜੀ। ਸਰ ਹਮਾਰੇ ਕੋਚਿੰਗ ਇੰਸਟੀਟਿਊਟ ਮੇ ਬੋਥ ਸਕੂਲਿੰਗ ਐਂਡ ਕੋਚਿੰਗ ਫੈਸਿਲਿਟੀ ਕੋ ਲੇਂਗੇ, ਉਨਕੋ ਕੋਈ ਵੀ ਐਕਸਟਰਾ ਟਿਊਸ਼ਨ ਯਾ ਕੋਚਿੰਗ ਲੈਣੇ ਕੀ ਜ਼ਰੂਰਤ ਨਹੀਂ ਪੜੇਗੀ। ਉਨਕਾ ਸਮੇਂ ਔਰ ਉਨਕਾ ਪੈਸਾ ਦੋਨੋਂ ਹਮਾਰੇ ਸਾਥ ਐਡਮਿਸ਼ਨ ਲੈਣੇ ਪੇ ਬਚ ਸਕਤਾ ਹੈ।